ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਜਲਾਲਾਬਾਦ ਹਲਕੇ ਤੋਂ ਫਾਜ਼ਿਲਕਾ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਪਰਸਨ ਸ਼੍ਰੀਮਤੀ ਕਿਰਨਾ ਦੇਵੀ ਜੀ ਅਤੇ ਉਹਨਾਂ ਦੇ ਨਾਲ 10 ਸਰਪੰਚ ਅਤੇ ਬਾਕੀ ਪੰਚ ਸਾਹਿਬਾਨ ਨੇ ਅੱਜ ਜੁਆਇਨ ਕੀਤਾ, ਜਿਨ੍ਹਾਂ ਦੇ ਸਾਰਿਆਂ ਦੀ ਲਿਸਟ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰੋਵਾਈਡ ਕਰ ਦੂੰਗਾ। ਅਸੀਂ ਇਹਨਾਂ ਸਾਰਿਆਂ ਦਾ ਬੀਜੇਪੀ ਪਾਰਟੀ ਜੁਆਇਨ ਕਰਨ ਦੇ ਵਿੱਚ ਇਹਨਾਂ ਦਾ ਧੰਨਵਾਦ ਕਰਦੇ ਹਾਂ, ਇਹਨਾਂ ਦਾ ਵੈਲਕਮ ਕਰਦੇ ਹਾਂ, ਇਹਨਾਂ ਨੂੰ ਜੀ ਆਇਆ ਆਖਦੇ ਹਾਂ। ਅਤੇ ਇਹਨਾਂ ਨੇ ਕੁਛ ਸਾਡੇ ਸਾਥੀ ਫਰੀਦਕੋਟ ਤੋਂ ਵੀ, ਰੰਧਾਵਾ ਜੀ ਜਿਹੜੇ ਉੱਥੇ ਕਾਂਗਰਸ ਦੇ ਅੰਦਰ ਜਨਰਲ ਸੈਕਟਰੀ ਸੀਗੇ, ਉਹ ਅੱਜ ਕਾਂਗਰਸ ਛੱਡ ਕੇ ਅਤੇ ਬੀਜੇਪੀ ਜੁਆਇਨ ਕੀਤੇ ਆ, ਅਸੀਂ ਉਹਨਾਂ ਦਾ ਵੀ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਜੀ ਆਇਆ ਆਖਦੇ ਹਾਂ। ਇਹ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਅਤੇ ਜਿਸ ਪਾਸੇ ਪੰਜਾਬ ਨੂੰ ਲੈ ਕੇ ਜਾਇਆ ਜਾ ਰਿਹਾ, ਜਿਸ ਤਰ੍ਹਾਂ ਅੱਜ ਇੱਥੇ ਅਫਰਾ ਤਫਰੀ ਮਚੀ ਹੈ, ਕਾਨੂੰਨ ਵਿਵਸਥਾ ਦੀ ਕੋਈ ਕਿਸੇ ਕਿਸਮ ਦੀ ਮੌਜੂਦਗੀ ਕਿਤੇ ਆਮ ਬੰਦਿਆਂ ਨੂੰ ਮਹਿਸੂਸ ਨਹੀਂ ਹੁੰਦੀ, ਅਤੇ ਜਿਸ ਕਿਸਮ ਦਾ ਡਰ ਅਤੇ ਖੌਫ ਦਾ ਮਾਹੌਲ ਬਣਿਆ ਹੋਇਆ, ਉਹਦੇ ਖਿਲਾਫ ਇਹਨਾਂ ਲੋਕਾਂ ਨੇ ਆਪਣਾ ਮਨ ਬਣਾ ਕੇ ਅੱਜ ਬੀਜੇਪੀ ਦਾ ਪੱਲਾ ਫੜਿਆ। ਅਤੇ ਅਸੀਂ ਸਾਰੇ ਮਿਲ ਜੁਲ ਕੇ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਵੀ ਪੰਜਾਬ ਦੇ ਹਿੱਤਾਂ ਦੇ ਉੱਤੇ, ਪੰਜਾਬ ਦੇ ਲੋਕਾਂ ਦੀ ਸੁਰੱਖਿਆ, ਪੰਜਾਬ ਦੇ ਲੋਕਾਂ ਦੇ ਹੱਕਾਂ ਵਾਸਤੇ ਤਕੜੇ ਹੋ ਕੇ ਬੀਜੇਪੀ ਲੜ ਸਕੇ, ਇਹਦੇ ਵਾਸਤੇ ਇਹਨਾਂ ਸਾਰਿਆਂ ਦਾ ਅਸੀਂ ਅੱਜ ਤੁਹਾਨੂੰ ਤਕਲੀਫ ਵੀ ਦਿੱਤੀ ਹੈ ਅਤੇ ਤੁਸੀਂ ਆਏ ਹੋ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਸਾਹਿਬ, ਆਹ ਬਜਟ ਜਿਹੜੇ ਲੋਕ ਅੱਜ ਨੁਕਤਾਚੀਨੀ ਕਰ ਰਹੇ ਹੈ, ਉਹਨਾਂ ਨੂੰ ਆਹ ਦੇਖਣਾ ਚਾਹੀਦਾ ਵੀ ਆਹ ਬਜਟ ਬੇਸਿਕਲੀ ਦੇਸ਼ ਦੀ ਬਿਹਤਰੀ ਵਾਸਤੇ ਹੈ, ਦੇਸ਼ ਵਾਸਤੇ ਬਜਟ ਹੈ, ਨਾ ਕਿ ਵੋਟਾਂ ਵਾਸਤੇ ਬਜਟ ਹੈ। ਇਲੈਕਸ਼ਨਾਂ ਤੋਂ 50 ਦਿਨ ਪਹਿਲਾਂ, 60 ਦਿਨ ਪਹਿਲਾਂ ਕਹਿ ਲਓ, 2 ਮਹੀਨੇ ਪਹਿਲਾਂ ਆਉਣ ਵਾਲਾ ਬਜਟ ਹਮੇਸ਼ਾ ਰੇਵੜੀਆਂ ਵੰਡਣ ਵਾਲਾ ਹੁੰਦਾ, ਕਿਉਂਕਿ ਜੇ ਸਰਕਾਰਾਂ ਨੇ ਕੰਮ ਨਹੀਂ ਕੀਤਾ, ਆਖਰੀ ਹਥਿਆਰ ਉਹਨਾਂ ਕੋਲ ਹੁੰਦਾ ਵੀ ਕੋਈ ਨਾ ਕੋਈ ਚੋਗਾ ਸੁੱਟ ਕੇ ਵੋਟਾਂ ਲੈ ਲਓ, ਉਹਦੇ ਬਾਅਦ ਕੇਰਾਂ ਸਿੰਘਾਂ ਨੂੰ ਹੱਥ ਪੈ ਜੇ, ਉਹਦੇ ਬਾਅਦ ਦੇਖਾਂਗੇ ਕਿੱਥੋਂ ਪੈਸੇ ਆਉਣਗੇ, ਕਿੱਥੋਂ ਸਰਮਾਇਆ ਜੁਟੂਗਾ। ਪਰ ਆਹ ਜਿਹੜਾ ਅੱਜ ਦਾ ਬਜਟ ਮੋਦੀ ਸਾਹਿਬ ਜੀ ਦੀ ਸਰਕਾਰ, ਬੀਜੇਪੀ ਗੌਰਮੈਂਟ ਅਤੇ ਸੀਤਾਰਮਨ ਜੀ ਨੇ ਜਿਹੜਾ ਪੇਸ਼ ਕੀਤਾ ਹੈ, ਆਹ ਬਜਟ ਦੇਸ਼ ਦੀ ਉਜਵਲ ਭਵਿੱਖ ਵਾਸਤੇ, ਦੇਸ਼ ਦੇ ਨੌਜਵਾਨਾਂ ਵਾਸਤੇ, ਉਹਨਾਂ ਦੇ ਆਉਣ ਵਾਲੇ ਸੁਨਹਿਰੇ ਭਵਿੱਖ ਵਾਸਤੇ, ਦੇਸ਼ ਦੀ ਮਜ਼ਬੂਤੀ ਅਤੇ ਦੇਸ਼ ਦਾ ਚੜ੍ਹਦੀ ਕਲਾ ਦੇ ਵਿੱਚ ਸਾਡਾ ਦੇਸ਼ ਬਣਿਆ ਰਹੇ ਪੂਰੇ ਇਸ ਸੰਸਾਰ ਦੇ ਅੰਦਰ, ਉਸ ਦਿਸ਼ਾ ਦੇ ਅੰਦਰ ਇੱਕ ਸਹੀ ਕਦਮ ਹੈ। ਜਿਸ ਗੱਲ ਨੂੰ ਅੱਜ ਕਈ ਵਿਰੋਧੀ ਕਹਿ ਰਹੇ ਹੈ, ਬਹੁਤ ਅਹੰਕਾਰ ਝਲਕ ਰਿਹਾ ਇਸ ਬਿਆਨ ਦੇ ਅੰਦਰੋਂ ਵੀ ਬਜਟ ਅਸੀਂ ਜਿਹੜਾ ਹੈ ਆ ਕੇ 24 ਦੇ ਬਾਅਦ, ਇਲੈਕਸ਼ਨਾਂ ਤੋਂ ਬਾਅਦ ਜਿਹੜਾ ਆ ਤਾਂ ਕਿਉਂਕਿ ਇੰਟਰਮ ਬਜਟ ਸੀਗਾ, ਅਸੀਂ ਅਗਲਾ ਬਜਟ ਆ ਕੇ ਪੇਸ਼ ਕਰਾਂਗੇ, ਉਹਦੇ ਵਿੱਚ ਬਾਕੀ ਸਾਰਾ ਜੋ ਕੁਛ ਵੀ ਲੋਕਾਂ ਨੂੰ ਆਸਾਂ ਉਮੀਦਾਂ ਜਿਹੜੀਆਂ ਲੋਕਾਂ ਦੀ ਹੈ, ਉਹਨਾਂ ਦੇ ਉੱਤੇ ਪੂਰੇ ਉਹਦੇ ਵਿੱਚ ਵੀ ਖਰੇ ਉਤਰਾਂਗੇ। ਉਹ ਅਹੰਕਾਰ ਨਹੀਂ ਸਭ, ਉਹ ਆਤਮ ਵਿਸ਼ਵਾਸ ਹੈ, ਕੌਨਫੀਡੈਂਸ ਹੈ ਵੀ ਲੋਕਾਂ ਦੇ ਕੰਮ ਕੀਤੇ ਹੈ, ਰੇਵੜੀਆਂ ਕਰਕੇ ਨਹੀਂ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਪਾਇਆ ਹੈ,
ਇਹਦੇ ਕਰਕੇ ਅੱਜ ਜਿਹੜੀ ਰੇਵੜੀਆਂ ਲੋਕਾਂ ਨੂੰ ਝਾਕ ਸੀ ਵੀ ਅੱਜ ਸਾਨੂੰ ਆਹ ਵੀ ਕੋਈ ਨਾ ਕੋਈ ਵੋਟਾਂ ਦੇ ਚੱਕਰ 'ਚ ਮਿਲ ਜੂਗਾ, ਆਹ ਵੀ ਮਿਲ ਜੂਗਾ, ਉਹ ਨਹੀਂ ਸਾਹਿਬ। ਅਸੀਂ ਆਪਣਾ ਭਵਿੱਖ ਗਿਰਵੀ ਰੱਖ ਕੇ ਅੱਜ ਇਹ ਵੋਟਾਂ ਬਟੋਰਨ ਵਾਲੀ ਇਸ ਪੋਲਿਸੀ ਤੋਂ ਪਾਸੇ ਹਟ ਕੇ ਜਿਹੜੀ ਕਦਮ ਚੱਕਿਆ, ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਪ੍ਰਧਾਨ ਮੰਤਰੀ ਜੀ ਦੀ। ਅਤੇ ਇਸ ਗੱਲ ਦੇ ਉੱਤੇ ਮੈਂ ਸਮਝਦਾ ਕੁਛ ਅਪੋਜੀਸ਼ਨ ਪਾਰਟੀਆਂ ਦੇ ਬਿਆਨ ਸੁਣ ਰਿਹਾ ਸੀ, ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਆਹ ਗੱਲ ਤਾਂ ਮੋਦੀ ਸਾਹਿਬ ਨੇ ਠੀਕ ਕੀਤਾ, ਕਿਉਂਕਿ ਦੇਸ਼ ਦਾ ਹਾਲਾਤ ਵੀ ਕਿਤੇ ਪੰਜਾਬ ਵਾਲੇ ਹਾਲਾਤ ਨਾ ਬਣ ਜਾਣ, ਕਿਉਂਕਿ ਪੰਜਾਬ ਦੇ ਅੰਦਰ ਵੋਟਾਂ ਬਟੋਰਨ ਵਾਸਤੇ ਜਿਹੜੀ ਰੇਵੜੀਆਂ ਵੰਡੀਆਂ ਉਹਦਾ ਖਾਮਿਆਜ਼ਾ ਪੰਜਾਬ ਆਉਣ ਵਾਲੇ ਕਈ ਸਦੀਆਂ ਤਾਂ ਹੀ ਭੁਗਤੂਗਾ। ਅੱਜ ਦੀ ਵੀ ਤੁਸੀਂ ਰਿਪੋਰਟ ਦੇਖ ਲਓ ਤਾਂ ਕਰੀਬਨ ਇਸ ਦੌਰਾਨ ਦੇ ਅੰਦਰ ਇਹਨਾਂ ਨੇ 60,000 ਕਰੋੜ ਰੁਪਇਆ ਕਰਜ਼ਾ ਦਸੰਬਰ ਤਾਂ ਹੀ ਚੱਕੀ ਬੈਠੇ ਹੈ। 100 ਕਰੋੜ ਰੁਪਇਆ ਰੋਜ਼ ਦੀ ਐਵਰੇਜ ਪੈਂਦੀ ਹੈ ਜਿਹੜੇ ਪੰਜਾਬ ਦੇ ਲੋਕਾਂ ਦੇ ਉੱਤੇ ਕਰਜ਼ੇ ਪਾ ਕੇ ਇਹਨਾਂ ਨੇ ਵੋਟਾਂ ਲਈਆਂ। ਇਹ 92 MLA ਇਹਨਾਂ ਦੀ ਕੀਮਤ ਬਹੁਤ ਵੱਡੀ ਚੁਕਾਉਣੀ ਪਈ ਹੈ। 100 ਕਰੋੜ ਰੁਪਇਆ ਰੋਜ਼ ਪੰਜਾਬ ਦੇ ਲੋਕਾਂ ਦੇ ਉੱਤੇ ਕਰਜ਼ਾ ਚੜ੍ਹ ਰਿਹਾ, ਤੁਹਾਡੇ 'ਤੇ, ਮੇਰੇ 'ਤੇ, ਸਾਰੇ ਜਿਹੜੇ ਪੰਜਾਬ ਦੇ ਨਿਵਾਸੀ ਹੈ ਸਾਰਿਆਂ ਦੇ ਉੱਤੇ 100 ਕਰੋੜ ਰੁਪਇਆ ਰੋਜ਼ ਕਰਜ਼ਾ ਚੜ੍ਹਦਾ, ਤਾਂ ਇਹਨਾਂ ਦੇ 92 MLA ਜਿੱਤੇ ਸਭ। ਇਸ ਕਿਸਮ ਦੇ ਹਾਲਾਤ ਹਿੰਦੁਸਤਾਨ ਦੇ ਨਾਮ ਬਣ, ਇਹਨੂੰ ਮੱਦੇਨਜ਼ਰ ਰੱਖ ਕੇ ਪ੍ਰਧਾਨ ਮੰਤਰੀ ਜੀ ਨੇ ਸਿਰਫ ਅਤੇ ਸਿਰਫ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੀ ਸੀ ਡਿਵੈਲਪ ਕੀਤਾ ਅਤੇ ਲੋਕਾਂ ਨੂੰ ਵਿਸ਼ਵਾਸ ਹੈ। ਗਰੰਟੀ ਇਕੱਲੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਗਰੰਟੀ ਨਹੀਂ ਸਾਹਿਬ, ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਸ਼ਵਾਸ ਹੈ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਹੁਣ ਡਿਵੈਲਪਮੈਂਟ ਅਤੇ ਵਿਕਾਸ ਦਾ ਜਿਹੜਾ ਇਹਨਾਂ ਨੂੰ ਅਨੁਭਵ ਹੋਇਆ, ਜਿਹੜਾ ਚਸਕਾ ਲੱਗਿਆ, ਉਹਨੂੰ ਅੱਗੇ ਦੇਖ ਕੇ ਲੋਕ ਅੱਗੇ ਇਸੇ ਡਿਵੈਲਪਮੈਂਟ ਨੂੰ ਆਪਣੇ ਸੁਨਹਿਰੇ ਭਵਿੱਖ ਵਾਸਤੇ ਲੋਕਾਂ ਦੀ ਇਸੇ ਤਰ੍ਹਾਂ ਹੀ ਮਦਦ ਕਰਨਗੇ। BJP ਦੀ ਨੀਤੀਆਂ ਦੇ ਉੱਤੇ ਮੋਹਰ ਲਾਉਣਗੇ, ਡਿਵੈਲਪਮੈਂਟ ਦੀ ਪੋਲਿਸੀਜ਼ ਦੇ ਉੱਤੇ ਮੋਹਰ ਲਾਉਣਗੇ, ਅਤੇ ਆਹ ਜਿਹੜੀ ਵਿਖਰਾਊਵਾਦ ਵਾਲੀ ਰੇਵੜੀਆਂ ਵਾਲੀ ਪੋਲਿਸੀ ਹੈ ਇਸ ਨੂੰ ਛੱਡ ਕੇ ਦੇਸ਼ ਤਰੱਕੀ ਦੇ ਰਾਹ 'ਤੇ ਵਧੂਗਾ। देखिए आज इस बात पे कहना तो बहुत कुछ बनता था, परंतु आज जब भगवंत मान जी सुप्रीम कोर्ट चले गए हैं तो मैं समझता हूँ उस समय तक की इंतजार करनी चाहिए। अगर जिस तरह से ये ब्लैक एंड व्हाइट बता रहे हैं, अभी सारा कुछ ही वीडियो पे है, तो मैं समझता हूँ इतना अगर ब्लैक एंड व्हाइट क्लियर कट केस होता तो हाईकोर्ट में भी इनका जो सामने देखने को मिला है, तो मैं सुप्रीम कोर्ट का जब तक रिजल्ट नहीं आ जाए, उनका कोई जजमेंट इस मसले पर नहीं आती, तब तक इंतजार करते हैं। परंतु एक बात स्पष्ट है कि ये पैसा जो सुप्रीम कोर्ट में लगाया जाएगा इस केस के ऊपर, ये पंजाब का पैसा लग रहा है साहब। आम आदमी पार्टी ने पहले केजरीवाल साहब को देश भ्रमण करवाया, नतीजा क्या निकला? नतीजा ये निकला कि कांग्रेस अलग लड़ने की तैयारी कर रही है, आम आदमी पार्टी अलग कर रही है। पैसा किसका गया?